मेरी सिस्टर है उन्होंने कोरोना हो गया, डेढ़ साल हो गया अजे भी बैड ते आ, उहदे सामने मैं रोए नहीं सी कदे। हुण उह इन्नी वीक हुई पई है, उहदा इन्ना चेहरा हो गया, इत्थे मास्क ला ला के ऑक्सीजन मास्क इत्थे लाइनां पै गईआं, उह हो गया उहदे कोलों मैं कंट्रोल करदा करदा मैं उठ गया। ਉੱਠ ਕੇ ਮੈਂ ਜਦੋਂ ਤੁਰਨ ਲੱਗਿਆ ਤਾਂ ਮੈਂ ਉਹਦੇ ਮੱਥੇ ਨੂੰ ਚੁੰਮਿਆ ਤਾਂ ਉੱਠਿਆ ਮੇਰੇ ਅੰਦਰੋਂ ਇੱਕਦਮ ਭੁੱਬਾਂ ਨਿਕਲ ਗਈਆਂ ਮੇਰੀਆਂ। ਮੈਂ ਕਿਹਾ ਓਏ ਰੱਬਾ ਮੇਰੀ ਭੈਣ ਨੂੰ ਕੀ ਤੋਂ ਕੀ ਬਣਾ ਰਿਹਾ, ਬਹੁਤ ਔਖਾ ਹੋ ਗਿਆ ਮੈਨੂੰ ਉੱਥੋਂ। ਸਾਹਮਣੇ ਵਿਛੋੜੇ ਦਾ ਦਰਖਤ, ਛੋਟੇ ਹੁੰਦੇ ਮਤਲਬ ਲੋਕਾਂ ਤੋਂ ਵੀ ਪਿੱਪਲਾਂ 'ਤੇ ਬੋੜਾਂ 'ਤੇ ਜਾਂ ਇਹੋ ਜਿਹੇ ਜਿਹੜੇ ਲਸੂੜੇ ਹੁੰਦੇ ਆ ਉੱਥੇ ਭੂਤ ਰਹਿੰਦੇ ਨੇ, ਮੈਂ ਉੱਥੇ ਕਿਹਾ ਮੈਨੂੰ ਜਾਵਾਂ, ਮੈਨੂੰ ਤਾਂ ਭੂਤ ਦਿਖਾਈ ਦੇਣ ਲੱਗ ਗਏ, ਉੱਥੇ ਲਸੂੜੇ 'ਤੇ ਭੂਤ ਹੈ। ਮੈਨੂੰ ਬੁਖਾਰ ਹੋ ਗਿਆ, ਉਹਨਾਂ ਦੇ ਦਫ਼ਤਰ 'ਚ ਮੈਨੂੰ ਕੋਈ ਵੜਨ ਨਹੀਂ ਦਿੰਦਾ ਸੀ, ਸਹੀ ਗੱਲ ਹੈ। ਹਾਂ, ਜਿਹੜੇ ਥੱਲੇ ਅੱਗੇ ਅਸਿਸਟੈਂਟ ਡਾਇਰੈਕਟਰ ਫਲਾਂ ਉਹ ਬਾਹਰ ਹੀ ਖਿਸਕਾ ਦਿੰਦੇ ਸੀਗੇ, ਹਾਂ ਨਹੀਂ ਨਹੀਂ ਹੈ ਨਹੀਂ ਸਾਹਿਬ, ਹੈ ਨਹੀਂ ਸਾਹਿਬ। ਰਾਜ ਬੱਬਰ ਭਾਅ ਜੀ ਨੂੰ ਫੜਾ ਤਾ ਫੋਨ ਉਹਨਾਂ ਨੇ, ਉਹ ਸੋਈ ਯਾਰ ਆ ਜਾ ਆਪਾਂ ਨਾਲੇ ਤਾਂ ਪੁਰਾਣੀਆਂ ਗੱਲਾਂ ਕਰਾਂਗੇ, ਥੋੜ੍ਹਾ ਇੰਜੋਏ ਕਰਾਂਗੇ, ਕਿੰਨੇ ਸਾਲ ਹੋ ਗਏ ਮਿਲੇ ਨਹੀਂ, ਮੈਨੂੰ ਵੀ ਬੰਬੇ ਤੋਂ ਆਏ ਨੂੰ ਕਾਫੀ ਦੇਰ ਹੋ ਗਈ। ਰਾਜ ਬੱਬਰ ਸਾਹਿਬ ਦੀ ਗੱਡੀ 'ਚ ਬਹਿ ਗਏ, ਉਹ ਡਰਾਈਵ ਕਰਦੇ ਸੀ, ਆਪਣੀਆਂ ਪੁਰਾਣੀਆਂ ਗੱਲਾਂ ਸੁਣਾਉਂਦੇ ਸੀ, ਇੰਨਾ ਹੱਸੇ ਕੋਮੇਡੀ ਉਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਕਹਿੰਦੇ ਆ ਹਰ ਬੰਦੇ ਦੀ ਆਪਣੀ ਪਛਾਣ ਹੁੰਦੀ ਹੈ ਅਤੇ ਉਸੇ ਪਛਾਣ ਦੇ ਨਾਲ ਉਹ ਸਿਰ ਕਡਮੀ ਇਹੋ ਜਿਹੀ ਥਾਂ ਬਣਾਉਂਦਾ ਹੈ ਕਿ ਉਹਦਾ ਨਾਮ ਹੀ ਬਹੁਤ ਹੁੰਦਾ ਹੈ। ਇੱਦਾਂ ਹੀ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਬਿਹਤਰੀਨ ਜਿਹੜੇ ਸਿਤਾਰੇ ਨੇ, ਬਿਹਤਰੀਨ ਜਿਹੜੇ ਕਲਾਕਾਰ ਨੇ, ਉਹਨਾਂ ਵਿੱਚੋਂ ਇੱਕ ਨਾਮ ਆਉਂਦਾ ਹੈ ਸਰਦਾਰ ਸੋਹੀ ਜੀ ਦਾ। ਜਦੋਂ ਵੀ ਉਹਨਾਂ ਦਾ ਨਾਮ ਅਤੇ ਉਹਨਾਂ ਦੀ ਪ੍ਰੈਜੈਂਸ ਫਿਲਮ ਦੇ ਨਾਲ ਜੁੜ ਜਾਂਦੀ ਹੈ ਅਤੇ ਉਸ ਦੀ ਸ਼ੋਭਾ ਆਪਣੇ ਆਪ ਹੀ ਵੱਧ ਜਾਂਦੀ ਹੈ। ਹੁਣ ਫਿਲਮ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਇੱਕ ਅਹਿਮ ਕਿਰਦਾਰ ਹੈ, ਲੇਕਿਨ ਉਸਦੇ ਪਿੱਛੇ ਦੀ ਸਟੋਰੀ ਕੋਈ ਹੋਰ ਹੈ ਕਿ ਇਹ ਕਿਰਦਾਰ ਉਹਨਾਂ ਨੂੰ ਕਿਸ ਤਰ੍ਹਾਂ ਮਿਲਿਆ? ਭੂਤ ਅੰਕਲ ਤੁਸੀਂ ਗ੍ਰੇਟ ਹੋ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਪਹਿਲੇ ਤਾਂ। ਮੈਂ ਜਦੋਂ ਆ ਟ੍ਰੇਲਰ ਦੇਖਿਆ ਤੇ ਮੇਰੇ ਮਨ 'ਚ ਸਭ ਤੋਂ ਪਹਿਲਾ ਸਵਾਲ ਇਹ ਆਇਆ ਕਿ ਤੁਸੀਂ ਇੰਨੇ ਸੋਹਣੇ ਕਿਰਦਾਰ ਕੀਤੇ ਹੈ, ਐਡੇ ਬਿਹਤਰੀਨ ਕਿਰਦਾਰ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਸਟੋਰੀ ਹੁੰਦੀ ਹੈ, ਲੇਕਿਨ ਇਸ ਫਿਲਮ ਦੇ ਪਿੱਛੇ ਜਿਹੜਾ ਤੁਸੀਂ ਐਕਟ ਕੀਤਾ ਉਹਦੇ ਪਿੱਛੇ ਇੱਕ ਸਟੋਰੀ ਹੈ, ਸੋ ਉਹ ਸਟੋਰੀ ਹੈ ਤੁਹਾਡੀ ਦੋਸਤੀ ਦੀ, ਉਹ ਸਟੋਰੀ ਹੈ ਇੱਕ ਵੱਡਾ ਨਾਮ ਬਣਾਉਣ ਦੀ, ਉਹ ਸਟੋਰੀ ਹੈ ਪਹਿਲਾਂ ਵੀ ਕੰਮ ਕਰਨ ਦੀ, ਸੋ ਉਹ ਸਟੋਰੀ ਮੈਂ ਜ਼ਰੂਰ ਚਾਹਾਂਗੀ ਸਾਡੇ ਦਰਸ਼ਕਾਂ ਤੱਕ ਪਹੁੰਚ। ਉਹ ਇਹ ਹੈ ਕਿ ਕੇਸੀ ਬੁਗਾੜੀਆ ਸਾਹਿਬ ਦੀ ਫਿਲਮ ਬਣਾ ਰਹੇ ਨੇ, ਫਿਲਮ ਦਾ ਟਾਈਟਲ ਭੂਤ ਅੰਕਲ, ਤੁਸੀਂ ਗ੍ਰੇਟ ਹੋ, ਇਹ ਪਹਿਲਾਂ ਹਿੰਦੀ 'ਚ ਵੀ ਬਣੀ ਸੀ ਉਹਦੇ ਤੋਂ ਪੰਜਾਬੀ 'ਚ ਬਣਾ ਰਹੇ ਤਾਂ ਵੱਡੀ ਪੰਜਾਬੀ ਸਿਨੇਮੇ ਵਾਸਤੇ ਵੱਡੀ ਗੱਲ ਹੈ। ਅੱਛਾ ਲੱਗਿਆ ਕਿ ਹਿੰਦੀ ਦੀ ਵੱਡੀ ਫਿਲਮ ਜਿਹਦੇ ਅਮਿਤਾਭ ਬੱਚਨ ਸੀ ਉਹ ਪੰਜਾਬੀ 'ਚ ਬਣ ਰਹੀ ਹੈ, ਇਹਦੇ 'ਚ ਵੀ ਸਾਡੇ ਕੋਲ ਰਾਜ ਬੱਬਰ ਸਾਹਿਬ ਨੇ, ਅੱਛਾ ਲੱਗਿਆ। ਇਹ ਫਿਲਮ ਦਾ ਜਦੋਂ ਮੈਨੂੰ ਸੁਨੇਹਾ ਆਇਆ, ਉਸ ਵੇਲੇ ਮੈਂ ਬਿਜ਼ੀ ਸੀਗਾ ਅਤੇ ਮੈਨੂੰ ਬੁਖਾੜੀਆ ਸਾਹਿਬ ਦਾ ਇਹ ਸੀ, ਪਤਾ ਨਹੀਂ ਕੰਮ ਕਿਸ ਤਰ੍ਹਾਂ ਲੈਂਦੇ ਨੇ ਕੀ ਹੈ, ਥੋੜ੍ਹਾ ਮੈਂ ਰੋਲ ਪ੍ਰਤੀ ਵੀ ਥੋੜ੍ਹਾ ਕੌਨਸ਼ੀਅਸ ਸੀਗਾ, ਪਤਾ ਨਹੀਂ ਕਿੰਨਾ ਕੁ ਹੋਣਾ ਕੀ ਹੋਣਾ, ਅਤੇ ਮੈਂ ਨਾ ਕਰੀ ਜਾ ਰਿਹਾ ਸੀ। ਫਿਰ ਬੁਖਾੜੀਆ ਸਾਹਿਬ ਦਾ ਮੈਸੇਜ ਗਿਆ ਕਿ ਰਾਜ ਸਾਹਿਬ ਬੈਠੇ ਨੇ, ਇਹਨਾਂ ਦੇ ਬ੍ਰਦਰ ਨੇ ਕੁੱਕੂ ਭਾਅ ਜੀ, ਕੁੱਕੂ ਸਾਹਿਬ ਦਾ ਫੋਨ, ਉਹ ਸੋਹੀ ਸਾਹਿਬ ਯਾਰ ਬੁਖਾੜੀਆ ਸਾਹਿਬ ਕਹਿ ਰਹੇ ਨੇ ਇੱਕ ਰੋਲ ਕਰ ਲਓ। ਮੈਂ ਕਿਹਾ ਤੁਹਾਡੇ ਕੋਲੋਂ ਸਿਫਾਰਿਸ਼ ਕਰਵਾਤੀ, ਨਾਲੇ ਰਾਜ ਸਾਹਿਬ ਨਾਲ ਗੱਲ ਕਰੋ। ਰਾਜ ਬੱਬਰ ਭਾਅ ਜੀ ਨੂੰ ਫੜਾ ਤਾ ਫੋਨ ਉਹਨਾਂ ਨੇ, ਉਹ ਸੋਹੀ ਯਾਰ ਆ ਜਾ ਆਪਾਂ ਨਾਲੇ ਤਾਂ ਪੁਰਾਣੀਆਂ ਗੱਲਾਂ ਕਰਾਂਗੇ, ਥੋੜ੍ਹਾ ਇੰਜੋਏ ਕਰਾਂਗੇ, ਕਿੰਨੇ ਸਾਲ ਹੋ ਗਏ ਮਿਲੇ ਨਹੀਂ, ਮੈਨੂੰ ਵੀ ਬੰਬੇ ਤੋਂ ਆਏ ਨੂੰ ਕਾਫੀ ਦੇਰ ਹੋ ਗਈ, ਇੱਥੇ ਮੈਂ 11 'ਚ ਆ ਗਿਆ ਸੀ ਵਾਪਸ ਬੰਬੇ ਤੋਂ, ਅਤੇ ਇਹ ਗੱਲ ਕਹੀ। ਦੇਖ ਬੁਖਾੜੀਆ ਸਾਹਿਬ ਨੇ ਬਹੁਤ ਵੱਡੀਆਂ ਫਿਲਮਾਂ ਕੀਤੀਆਂ ਨੇ, ਅੱਜ ਉਹਨਾਂ ਨੂੰ ਤੇਰੀ ਜ਼ਰੂਰਤ ਹੈ ਕਹਿ ਰਹੇ ਨੇ ਮੈਨੂੰ, ਅਤੇ ਇਹ ਟਾਈਮ ਦੀ ਗੱਲ ਹੁੰਦੀ ਹੈ, ਅਤੇ ਮੈਂ ਕਿਹਾ ਹਾਂ ਜੀ ਬਿਲਕੁਲ, ਮੈਂ ਬੰਬੇ ਤੋਂ ਹੀ ਆਇਆ, ਬੰਬੇ ਉਹਨਾਂ ਦੇ ਦਫ਼ਤਰ 'ਚ ਮੈਨੂੰ ਕੋਈ ਵੜਨ ਨਹੀਂ ਦਿੰਦਾ ਸੀ, ਸਹੀ ਗੱਲ ਹੈ। ਹਾਂ
ਉਹ ਜਿਹੜੇ ਥੱਲੇ ਅੱਗੇ ਅਸਿਸਟੈਂਟ ਡਾਇਰੈਕਟਰ ਫਲਾਂ ਉਹ ਬਾਹਰ ਹੀ ਖਿਸਕਾ ਦਿੰਦੇ ਸੀਗੇ। ਹਾਂ ਨਹੀਂ ਨਹੀਂ ਹੈ ਨਹੀਂ ਸਾਹਿਬ, ਹੈ ਨਹੀਂ ਸਾਹਿਬ। ਮੈਂ ਇੱਕ ਬੋਲਿਆ ਵੀ ਨਾਲ ਬੈਠੇ ਸੀਗੇ, ਪਿੱਛੇ ਇੱਕ ਇੰਟਰਵਿਊ ਹੋਈ ਸੀ। ਮੈਂ ਕਿਹਾ ਬੁਖਾੜੇ ਸਾਹਿਬ, ਸਮਾਂ ਹੁੰਦਾ ਸੀ ਜਦੋਂ ਮੈਂ ਤੁਹਾਡੇ ਦਫ਼ਤਰ ਦੇ ਗੇੜੇ ਕੱਟੇ, ਪਰ ਨਹੀਂ ਬਣੀ ਸਬੱਬ ਪਰਮਾਤਮਾ ਨੇ। ਦੇਖ ਲਓ ਸਾਡੀ ਜਿਹੜੀ ਮਾਂ ਬੋਲੀ ਹੈ ਪੰਜਾਬੀ, ਉਹ ਸਬੱਬ ਬਣ ਗਿਆ ਸਾਡਾ ਦੋਵਾਂ ਦਾ ਮਿਲਣਾ। ਅੱਜ ਆਪਾਂ ਇਕੱਠੇ ਬੈਠੇ ਹਾਂ, ਮੈਂ ਤੁਹਾਡੇ ਸਾਹਮਣੇ ਬੈਠਾ, ਇੰਨੇ ਵੱਡੇ ਪ੍ਰੋਡਿਊਸਰ ਡਾਇਰੈਕਟਰ ਦੇ ਮਲਟੀ ਸਟਾਰ, ਚਾਰ ਚਾਰ ਹੀਰੋ, ਪੰਜ ਪੰਜ ਛੇ ਛੇ ਵਿਲਨ, ਚਾਰ ਚਾਰ ਪੰਜ ਪੰਜ ਹੀਰੋਇਨਾਂ, ਤਾਂ ਤੁਸੀਂ ਉਹ ਫਿਲਮਾਂ ਬਣਾਈਆਂ ਲਗਾਤਾਰ ਵੱਡੀਆਂ ਵੱਡੀਆਂ, ਅਤੇ ਅੱਜ ਆਪਾਂ ਇਕੱਠੇ ਕੰਮ ਕਰ ਰਹੇ, ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ। ਬੇਸ਼ੱਕ ਰੋਲ ਛੋਟਾ ਹੈ, ਲੇਕਿਨ ਮੇਰੇ ਵਾਸਤੇ ਵੱਡਾ ਇਸ ਤਰ੍ਹਾਂ ਹੋ ਜਾਂਦਾ ਕਿ ਮੈਂ ਰਾਜ ਬੱਬਰ ਸਾਹਿਬ ਦਾ ਫਰੈਂਡ ਬਣਿਆ। ਇਹਦੇ 'ਚ ਫਰੈਂਡ ਵੀ, ਉਹਦੇ 'ਚ ਜਿਹੜਾ ਮਕਸਦ ਹੈ ਕਿ ਇਸ ਫਿਲਮ ਦਾ ਜਿਹੜਾ ਭੂਤ ਅੰਕਲ ਹੈ, ਉਹਦਾ ਡਰੀਮ ਹੈ ਇੱਕ, ਮੈਂ ਹੋਸਪਿਟਲ ਬਣਾ ਕੇ ਜਾਣਾ ਹੈ ਆਪਣੀ ਜਾਇਦਾਦ 'ਚੋਂ। ਉਹ ਅੱਜ ਕੱਲ੍ਹ ਪੰਜਾਬ ਸਰਕਾਰ, ਸੈਂਟਰ ਸਰਕਾਰ ਵੀ ਨਹੀਂ, ਕੇਜਰੀਵਾਲ ਸਾਹਿਬ, ਉਹ ਇਹ ਪੂਰੇ ਇੰਡੀਆ 'ਚ ਇਹ ਸੁਨੇਹਾ ਦੇ ਰਹੇ ਨੇ, ਇੱਕ ਸਿੱਖਿਆ ਦਾ, ਐਜੂਕੇਸ਼ਨ ਦਾ, ਅਤੇ ਦੂਸਰਾ ਹੈਲਥ ਦਾ, ਹੋਸਪਿਟਲ ਦਾ, ਸਕੂਲਾਂ ਦਾ, ਕਾਲਜਾਂ ਦਾ। ਤੋ ਇਹਦੇ ਵਿੱਚ ਵੀ ਉਹੀ ਮੁੱਦਾ ਸੇਮ ਹੈ। ਮੈਂ ਕਿਹਾ ਅੱਛੀ ਗੱਲ ਹੈ, ਇਹਦਾ ਮਤਲਬ ਇਹ ਕਲਾਕਾਰ ਨੇ ਉਹ ਜਿਹੜਾ ਜੋ ਕੁਛ ਹੋਣਾ ਹੁੰਦਾ ਹੈ ਉਹਦੇ ਬਾਰੇ, ਇੱਕ ਤਾਂ ਧਰਮ ਗੁਰੂ ਜਿਹੜੇ ਬਹੁਤ ਪਹੁੰਚੇ ਹੋਏ ਹੁੰਦੇ ਨੇ, ਉਹ ਪੀਰ ਫਕੀਰ, ਉਹਨਾਂ ਉੱਥੇ ਸਾਇੰਸ ਬਾਅਦ 'ਚ ਪਹੁੰਚੀ ਜਿੱਥੋਂ ਪਹਿਲਾਂ ਪਹੁੰਚੇ ਹੁੰਦੇ ਨੇ। ਸਾਡੇ ਬਾਬਾ ਜੀ ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ, ਇੱਕ ਚੰਦਰਮਾ ਲੱਭ ਲਿਆ, ਹੋਰ ਵੀ ਹੈਗੇ ਜੀ, ਪਤਾ ਨਹੀਂ ਕਿੰਨੇ ਸੂਰਜ ਹੋਰ ਵੀ ਹੈਗੇ, ਕਿੰਨੇ ਤਾਰੇ ਨੇ ਪਤਾ ਹੀ ਨਹੀਂ। ਉਹ ਇੱਥੇ ਧਰਤੀ 'ਤੇ ਬੈਠਿਆਂ ਨੂੰ, ਉਹਨਾਂ ਨੂੰ ਪੀਰਾਂ ਫਕੀਰਾਂ ਨੂੰ ਪਹਿਲਾਂ ਇਲਹਾਮ ਹੁੰਦਾ ਇਹਨਾਂ ਗੱਲਾਂ ਦਾ। ਇਸੇ ਤਰ੍ਹਾਂ ਹੀ ਕਲਾਕਾਰਾਂ ਨੂੰ ਕਿ ਆਹ ਚੀਜ਼ ਦੀ ਜ਼ਰੂਰਤ ਹੈ ਸਮਾਜ ਨੂੰ, ਕਲਾਕਾਰ ਪਹਿਲਾਂ ਗੱਲ ਕਰ ਦਿੰਦੇ ਨੇ, ਅਤੇ ਉਸੇ ਕਰਕੇ ਇਹ ਫਿਲਮ ਬਣ ਰਹੀ ਹੈ। ਇਹ ਹੋਸਪਿਟਲ ਬਣਾਉਣਾ ਹੈ, ਅੱਛੀ ਅੱਛੀ ਗੱਲ ਹੈ, ਇਹ ਬਹੁਤ ਸੁਨੇਹਾ ਸੋਹਣਾ ਜਾਂਦਾ ਸਮਾਜ ਨੂੰ, ਉਸ ਕਰਕੇ ਮੈਂ ਵੀ ਇਸ ਫਿਲਮ ਦਾ ਹਿੱਸਾ ਹਾਂ ਜੀ। ਸੋ ਪੰਜਾਬੀ ਸਿਨੇਮਾ ਦੀ ਗੱਲ ਕਰੀਏ, ਤੁਸੀਂ ਕਈ ਦਹਾਕੇ ਹੁਣ ਤਾਂ ਹੰਢਾ ਚੁੱਕੇ ਹੋ ਪੰਜਾਬੀ ਸਿਨੇਮਾ ਦੇ, ਨਾਮ ਕਰ ਚੁੱਕੇ ਹੋ ਆਪਣੀ ਜ਼ਿੰਦਗੀ ਨੂੰ, ਅਤੇ ਰਾਜ ਬੱਬਰ ਸਾਹਿਬ ਨਾਲ ਤਾਂ ਤੁਹਾਡੀਆਂ ਹੋਰ ਵੀ ਯਾਦਾਂ ਜੁੜੀਆਂ ਹੋਈਆਂ ਨੇ। ਜੀ ਜੀ ਜੀ, ਅਸੀਂ ਲੌਂਗ ਦਾ ਲਿਸ਼ਕਾਰਾ ਕੀਤੀ ਸੀ, 83 'ਚ ਰਿਲੀਜ਼ ਹੋਈ ਸੀ ਲੌਂਗ ਦਾ ਲਿਸ਼ਕਾਰਾ। ਰਾਜ ਸਾਹਿਬ ਹੀਰੋ ਸੀ ਉਸ ਫਿਲਮ ਦੇ, ਮੈਂ ਉਸ ਫਿਲਮ ਦੇ ਵਿੱਚ ਗੁਲਾਬੋ ਮਾਸੀ, ਨਿਰਮਲ ਰਿਸ਼ੀ ਉਹਨਾਂ ਦੇ ਹਸਬੈਂਡ ਦਾ ਕਰੈਕਟਰ ਪਲੇ ਕੀਤਾ ਸੀ। ਉਦੋਂ ਅਸੀਂ ਬਹੁਤ ਦੇਰ ਇਕੱਠੇ ਰਹੇ ਹਾਂ ਬੜੀਆਂ, ਉਹ ਭਾਅ ਜੀ ਦਾ ਸੈਂਸ ਆਫ ਹਿਊਮਰ ਬਹੁਤ ਸਟਰੋਂਗ ਹੈ, ਹਸਾਉਂਦੇ ਬਹੁਤ ਸੀ। ਮੇਰੇ ਯਾਦ ਹੈ ਚੰਨ ਪਰਦੇਸੀ ਫਿਲਮ ਦੀ ਸਿਲਵਰ ਜੁਬਲੀ ਹੋਈ ਸੀ, ਅਸੀਂ ਵਿੱਚੋਂ ਇੱਕ ਦਿਨ ਸ਼ੂਟਿੰਗ ਔਫ ਕਰਕੇ ਰਾਤ ਨੂੰ, ਚਲੋ ਅੱਜ ਫਿਲਮ ਸਿਲਵਰ ਜੁਬਲੀ ਆਪਾਂ ਉੱਥੇ ਸੈਲੀਬ੍ਰੇਸ਼ਨ ਹੈ, ਉੱਥੇ ਜਾਣਾ, ਪਟਿਆਲੇ ਜਾਣਾ। ਪਟਿਆਲੇ ਰਾਜ ਬੱਬਰ ਸਾਹਿਬ ਦੀ ਗੱਡੀ 'ਚ ਬਹਿ ਗਏ, ਉਹ ਡਰਾਈਵ ਕਰਦੇ ਸੀ, ਆਪਣੀਆਂ ਪੁਰਾਣੀਆਂ ਪੁਰਾਣੀਆਂ ਗੱਲਾਂ ਸੁਣਾਉਂਦੇ ਸੀ, ਇੰਨਾ ਹੱਸੇ, ਕੋਮੇਡੀ। ਉਹ ਫਿਰ ਪੁੱਛਣ, ਅੱਛਾ ਮਤਲਬ ਜਿਹੜੀਆਂ ਗੱਲਾਂ ਦੇ ਤੁਸੀਂ ਹੱਸਦੇ ਹੋ, ਕਿਉਂ ਕਿਵੇਂ ਹੋ, ਮਤਲਬ ਤੁਹਾਡੇ ਨਾਲ ਵੀ ਹੋ ਰਿਹਾ ਉਹ ਜੋ ਮੇਰੇ ਨਾਲ ਹੁੰਦਾ ਸੀ, ਤੁਹਾਡੇ ਨਾਲ ਵੀ ਹੋ ਰਿਹਾ। ਹਾਂਜੀ ਹਾਂਜੀ ਭਾਅ ਜੀ, ਹੋ ਰਿਹਾ, ਇੱਦਾਂ ਹੀ ਆ। ਅਤੇ ਕਾਮਯਾਬੀ 'ਚ ਹਰ ਬੰਦਾ ਉਸੇ ਤਰ੍ਹਾਂ ਹੀ ਠੋਕਰਾਂ ਖਾਂਦਾ, ਸਟਰਗਲ ਕਰਦਾ, ਭੁੱਖਾਂ ਤਰਿਆਂ ਦੇਖਦਾ, ਉਸ ਦੌਰ 'ਚੋਂ ਹੀ ਗੁਜ਼ਰਦਾ, ਉਹਨੂੰ ਤੁੱਛ ਸਮਝਿਆ ਜਾਂਦਾ, ਫਿਰ ਉਹ ਆਪਣੀ ਪਹਿਚਾਣ ਬਣਾਉਂਦਾ ਉਹਦੇ 'ਚ। ਆਰਟ ਆਫ ਐਕਟਿੰਗ ਜਿਹੜਾ ਪਰਮਾਤਮਾ ਦੀ ਬਖਸ਼ਿਸ਼ ਵੀ ਹੁੰਦੀ ਹੈ, ਤੁਸੀਂ ਸਿੱਖਦੇ ਵੀ ਹੋ, ਮਿਹਨਤ ਵੀ ਕਰਦੇ ਹੋ, ਫਿਰ ਤੁਹਾਡੀ ਰੈਕਗਨੀਸ਼ਨ ਹੁੰਦੀ ਹੈ। ਰੈਕਗਨੀਸ਼ਨ ਕੰਮ ਮਿਲਦਾ, ਰੈਕਗਨਾਈਜ਼ ਕਰਦੇ ਲੋਕ, ਫਿਰ ਤਾਂ ਕਲੈਪਿੰਗ ਹੁੰਦੀ ਹੈ, ਤਾੜੀਆਂ ਪੈਂਦੀਆਂ ਨੇ ਤੁਹਾਨੂੰ। ਉਹ ਜਿਹੜਾ ਕੱਲ੍ਹ ਜ਼ੀਰੋ ਸੀ ਫਿਰ ਹੀਰੋ ਹੋ ਜਾਂਦਾ, ਫਿਰ ਸਟਾਰ ਕਹਿਣ ਲੱਗ ਜਾਂਦੇ ਆ, ਸਟਾਰ ਸਟਾਰ ਹੈ, ਉੱਥੋਂ ਤੱਕ ਜਿਹੜੀ ਪਹੁੰਚਣ ਦੀ ਗੇਮ ਹੈ, ਪਹੁੰਚਣ ਦੀ ਖੇਡ ਹੈ, ਉਹ ਖੇਡ ਦੇ ਖਿਲਾੜੀ ਤੁਸੀਂ ਬਣ ਜਾਂਦੇ ਹੋ। ਖਿਲਾੜੀ ਹੋਣ ਤੋਂ ਪਹਿਲਾਂ ਜੋ ਤੁਸੀਂ ਸਟਰਗਲ ਕਰਦੇ ਹੋ, ਜੋ ਤਰ੍ਹਾਂ ਤਰ੍ਹਾਂ ਦੇ ਟੀਚਰ ਤੁਹਾਡੇ ਉਸਤਾਦ, ਤੁਹਾਡਾ ਆਸ ਪਾਸ, ਤੁਹਾਡੇ ਪੇਰੈਂਟਸ, ਤੁਹਾਡਾ ਸਾਰੇ ਤੁਹਾਡੇ ਉਸ ਤੁਹਾਡੇ ਏਮ 'ਤੇ ਪਹੁੰਚਣ ਵਾਸਤੇ ਤੁਹਾਡੇ ਸਹਾਈ ਹੁੰਦੇ ਨੇ, ਉਹ ਉਹੀ
ਜਿਹੜੀ ਹੈ ਉਹ ਜ਼ਿੰਦਗੀ ਦੀ ਗੇਮ ਜੀ। ਸੋ ਇਸ ਜ਼ਿੰਦਗੀ ਦੀ ਗੇਮ ਦੇ ਵਿੱਚ ਤੁਸੀਂ ਬੜੇ ਉਤਾਰ ਚੜ੍ਹਾਅ ਵੀ ਵੇਖੇ ਹੈ, ਐਂਜ਼ਾਇਟੀ, ਡਿਪਰੈਸ਼ਨ, ਡਾਕਟਰ ਨੇ ਬੰਬੇ ਵਰਗੇ ਸ਼ਹਿਰ ਦੇ ਵਿੱਚ ਗੱਡੀ ਚਲਾਉਣ ਤੋਂ ਤੁਹਾਨੂੰ ਮਨ੍ਹਾ ਕਰਤਾ, ਕਿਸ ਤਰ੍ਹਾਂ ਦੇ ਮੈਡੀਕਲ ਜਾਂ ਕਹਿ ਲਓ ਕਿ ਅਸੀਂ ਫਿਜ਼ੀਕਲ ਚੈਲੇਂਜਸ ਲੈ ਕੇ ਤੁਸੀਂ ਹੁਣ ਵੀ ਕੰਮ ਕਰ ਰਹੇ ਹੋ? ਜੀ ਹਾਂ ਜੀ ਹਾਂ। ਇਸ ਦੇਖੋ, ਅਗਰ ਤੁਸੀਂ ਇੱਕ ਡਿਸੀਜ਼ਨ ਲੈ ਚੁੱਕੇ ਹੋ ਕਿ ਮੈਂ ਆਖਰੀ ਦਮ ਤੱਕ ਮੈਂ ਇਨ ਫਰੰਟ ਆਫ ਕੈਮਰਾ ਰਹਿਣਾ ਜਾਂ ਮੈਂ ਸਟੇਜ 'ਤੇ ਰਹਿਣਾ, ਐਕਟਰ ਜਿਹੜਾ ਹੈ ਉਹ ਤਾਂ ਇਹ ਡ੍ਰੀਮ ਹੁੰਦਾ ਉਹਨੂੰ, ਫਿਰ ਜਦੋਂ ਅੰਦਰ ਇੱਡੀ ਵੱਡੀ ਲਲਕ ਲਈ ਬੈਠੇ ਹੋ ਫਿਰ ਤੁਸੀਂ ਫਿਜ਼ੀਕਲੀ ਵੀ ਫਿੱਟ ਰਹਿਣ ਦੀ ਕੋਸ਼ਿਸ਼ ਕਰੋਗੇ, ਫਿੱਟ ਰਹੋਗੇ ਵੀ ਜਦੋਂ ਤੁਹਾਡੀ ਐਡੀ ਪੋਜ਼ਿਟਿਵ ਅਪਰੋਚ ਹੈ ਇਸ ਪ੍ਰੋਫੈਸ਼ਨ ਪ੍ਰਤੀ, ਤੁਸੀਂ ਅੰਦਰੋਂ ਦਿਲੋਂ ਮਨੋਂ ਤੁਨ ਜੁੜੇ ਹੋਏ ਹੋ, ਫਿਰ ਇਹ ਬਿਮਾਰੀਆਂ ਵੀ ਹਾਰ ਜਾਂਦੀਆਂ ਨੇ, ਤੁਹਾਡਾ ਜਿਹੜੇ ਰਾਹਦੇ ਰੋੜੇ ਹੁੰਦੇ ਨੇ ਉਹ ਵੀ ਆਪਣੇ ਆਪ ਹਟਣ ਲੱਗ ਜਾਂਦੇ ਨੇ, ਫਿਰ ਹਰ ਪਾਸੇ ਵੈਲਕਮ 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 ਹੋਣ ਲੱਗ ਜਾਂਦੀ ਹੈ। ਤੁਸੀਂ ਇਹ ਵੀ ਕਿਹਾ ਸੀਗਾ ਕਿ ਮੈਂ ਚਾਹੁੰਦਾ ਮੇਰੇ ਆਖਰੀ ਜਿਹੜਾ ਸਾਹ ਹੈ ਮੇਰਾ ਦਮ ਟੁੱਟੇ ਅਤੇ ਸਟੇਜ 'ਤੇ ਟੁੱਟੇ, ਉਹੀ ਉਹ ਤਾਂ ਹੁਣ ਵੀ ਹੈ ਕਿ ਹੁਣ ਦੇਖੋ ਫੀਲਡ ਚੇਂਜ ਹੋ ਜਾਂਦਾ। ਉਹ ਜਦੋਂ ਇੱਕ ਵਾਰੀ ਓਮਪੁਰੀ ਸਾਹਿਬ ਨੂੰ ਵੀ ਇਹ ਪੁੱਛਿਆ ਸੀ ਸਵਾਲ ਕਿਸੇ ਨੇ, ਤੁਹਾਨੂੰ ਹੁਣ ਥੀਏਟਰ ਚੰਗਾ ਲੱਗਦਾ ਸੀ ਪਹਿਲਾਂ ਹੁਣ ਸਿਨੇਮਾ ਚੰਗਾ ਲੱਗਦਾ, ਉਹ ਕਹਿੰਦਾ ਗੱਲ ਇਹ ਆ ਵੀ ਮੈਂ ਤਾਂ ਬਹੁਤ ਓਮਪੁਰੀ ਸਾਹਿਬ ਨੇ ਬੜਾ ਸੋਹਣਾ ਜਵਾਬ ਦਿੱਤਾ, ਜੇ ਫਰਜ਼ ਕਰੋ ਮੈਂ ਜੱਟ ਹਾਂ, ਜੱਟ ਮੈਂ ਹਲ ਨਾਲ ਖੇਤੀ ਕਰਦਾ ਸੀ, ਮੇਰੇ ਕੋਲ ਟਰੈਕਟਰ ਆ ਗਿਆ, ਜਿਹੜੇ ਮੈਂ ਸ਼ਾਮ ਨੂੰ 4 ਵੀਘੇ ਜ਼ਮੀਨ ਮਸੇ ਵਾਹੁੰਦਾ ਹੁੰਦਾ ਸੀ ਅਤੇ ਹੁਣ ਮੈਂ 40 ਵੀਘੇ ਵਾਹ ਸਕਦਾ, ਉਸੇ ਤਰ੍ਹਾਂ ਹੀ ਹੈ। ਹੁਣ ਮੇਰੇ ਕੋਲ ਸਿਨੇਮਾ ਆ ਗਿਆ, ਮੈਂ ਗਿਣੇ ਚੁਣੇ 200, 400, 500, 2000 ਯਾਦ ਇੱਕ ਵਾਰੀ ਅਸੀਂ ਲੱਖ ਬੰਦੇ ਨੂੰ ਫੇਸ ਕੀਤਾ, ਸਟੇਜ 'ਤੇ ਪਲੇ ਕਰ ਰਹੇ ਸੀ 9th ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ, 300 ਸਾਲਾ ਸ਼ਹੀਦੀ ਮਨਾਇਆ ਸੀਗਾ 1975 'ਚ, ਉਦੋਂ ਕਲਕੱਤੇ ਸ਼ੋਅ ਹੋਏ ਸਾਡਾ ਪਹਿਲੇ ਸ਼ੋਅ ਦੇ ਵਿੱਚ 1 ਲੱਖ ਤੋਂ ਉੱਪਰ ਬੰਦਾ, ਉਹ ਘੱਟ ਨਹੀਂ, ਨੈਕਸਟ ਸੈਕਿੰਡ ਡੇ ਫਿਰ 60-70 ਹਜ਼ਾਰ ਬੰਦਾ ਸੀ, ਫਿਰ ਅਸੀਂ ਜਿਹੜੇ ਔਰਗੇਨਾਈਜ਼ਰ ਸੀ 200-250 ਬੰਦਾ ਉਹਨਾਂ ਵਾਸਤੇ ਰਵਿੰਦਰਾ ਸਦਨ ਵਿੱਚ ਸ਼ੋਅ ਕੀਤਾ। ਸੋ ਉਹ ਚੇਂਜ ਹੁੰਦੀ ਰਹਿੰਦੀ ਹੈ ਤੁਹਾਡੀ ਸੋਚ ਉਹਦੇ ਮੁਤਾਬਕ। ਹੁਣ ਮੇਰੇ ਕੋਲ ਆ ਕੈਮਰਾ ਸਾਹਮਣੇ, ਕੈਮਰਾ ਇੱਕੋ ਦਿਨ 'ਚ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚਾ ਦਿੰਦਾ, ਇੱਥੇ ਬੈਠੇ ਹੁਣ ਪੰਜਾਬੀ ਸਿਨੇਮਾ ਕਰਦਾ, ਜਿੰਨੇ ਪੰਜਾਬੀ ਇੱਥੇ ਵੱਸਦੇ ਨੇ ਉਹਦੇ ਆਸ ਪਾਸ ਹੀ ਉਹ ਬਾਹਰ ਬੈਠੇ ਨੇ NRI। ਮੈਨੂੰ ਤਾਂ ਮੈਂ ਕਈ ਵਾਰੀ ਕਹਿੰਦਾ ਹੁੰਦਾ ਯਾਰ ਮੈਂ ਸਿੱਧੜ ਹਾਂ ਕੀ ਹਾਂ ਇਹ ਨਹੀਂ ਪਤਾ ਹੁੰਦਾ। ਮੈਂ ਪਹਿਲੀ ਵਾਰੀ ਜਦੋਂ ਕੈਨੇਡਾ ਗਿਆ ਉੱਥੇ ਜਾ ਕੇ ਦੇਖਿਆ ਲੋਕ ਇੰਨੇ ਫੈਨ ਨੇ ਸਰਦਾਰ ਸੂਰੀ ਦੇ, ਕੋਈ ਕਹਿੰਦਾ ਤੂੰ ਮੇਰੇ ਚਾਚੀ ਵਰਗਾ ਲੱਗਦਾ, ਕੋਈ ਮੇਰੇ ਫੁੱਫੜ ਵਰਗਾ ਲੱਗਦਾ, ਕੋਈ ਮੇਰੇ ਬਾਪੂ ਵਰਗਾ, ਦੋ ਤੇਰੇ ਵਾਂਗੂ ਹੀ ਬਹੁਤ ਅੜਬ ਸੁਭਾਅ ਦਾ ਪਰ ਪਿਆਰ ਵੀ ਬਹੁਤ ਕਰਦਾ। ਉਹ ਇਸ ਤਰ੍ਹਾਂ ਜਦੋਂ ਮੇਰੇ ਖੇਡੇ ਹੋਏ ਪਾਤਰਾਂ ਦੀ ਗੱਲ ਕਰਦੇ ਨੇ, ਉਹਦੇ ਵਰਗਾ ਕੀਤਾ, ਉਹਦੇ ਵਰਗਾ ਕੀਤਾ, ਫਿਰ ਲੱਗਦਾ ਯਾਰ ਇਹ ਕਿੰਨੀ ਗਹਿਰਾਈ, ਕਿੰਨੇ ਡੂੰਘੇ ਉੱਥੇ, ਕਿੰਨੇ ਸਕਰੀਨ 'ਚ ਉਲਝ ਕੇ ਮੇਰੇ ਕਰੈਕਟਰ 'ਚ ਉਲਝ ਜਾਂਦੇ ਨੇ ਵੀ ਯਾਰ ਇਹ ਐਕਟਰ ਇੰਨਾ ਵਧੀਆ ਕਰਦਾ। ਫਿਰ ਆਪ ਹੀ ਕਹਿ ਦਿੰਦੇ ਨੇ ਕਈ ਬੰਦੇ, ਭਾਅ ਜੀ ਤੁਸੀਂ ਥੀਏਟਰ ਕੀਤਾ? ਹਾਂਜੀ ਹਾਂ, ਝਲਕਦਾ ਤੁਹਾਡੀ ਅਦਾਕਾਰੀ 'ਚ। ਸੋ ਉਹ ਥੀਏਟਰ ਦਾ ਉਹ ਸਾਰੀ ਜ਼ਿੰਦਗੀ ਉਹ ਤਾਂ ਨਾਲ ਹੀ ਜੁੜਿਆ ਰਹਿਣਾ ਮੇਰੇ ਨਾਂ ਦੇ, ਕਿਉਂਕਿ ਸ਼ੁਰੂਆਤ ਹੀ ਉੱਥੋਂ ਕੀਤੀ। 12 ਸਾਲ ਰੈਗੂਲਰ ਥੀਏਟਰ ਕਰਨਾ, ਮੈਂ ਕਿੰਨੇ ਇੰਟਰਵਿਊ ਦੇ ਵਿੱਚ ਕਿਹਾ ਵੀ ਦੇਖੋ ਬਈ ਇਹ ਹੈ ਇਸ਼ਕ ਦੀ ਖੇਡ, ਜਿਵੇਂ ਰਾਂਝੇ ਨੇ 12 ਸਾਲ ਮੱਝਾਂ ਚਲਾਈਆਂ ਸੀ ਅਤੇ ਮੈਂ 12 ਸਾਲ ਉਸਤਾਦਾਂ ਦੇ ਹੁੱਕੇ ਭਰੇ ਆ, ਮੀਨਸ ਮੈਂ ਉਸਤਾਦਾਂ ਤੋਂ ਸਿੱਖਣ ਵਾਸਤੇ ਉਹਨੇ ਝਿੜਕਾਂ ਵੀ ਖਾਧੀਆਂ ਨੇ, ਡੰਡੇ ਖਾਧੇ ਨੇ, ਡੰਡੇ ਤਾਂ ਕਰਨੇ ਹੀ ਪਏ ਬੱਚਿਆਂ ਨੇ, ਕਿਰਪਾ ਰਹੀ ਹੈ ਪਰਮਾਤਮਾ ਦੀ, ਡੰਡੇ ਨਹੀਂ ਖਾਧੇ, ਹਾਂ ਝਿੜਕਾਂ ਜ਼ਰੂਰ ਖਾਧੀਆਂ ਨੇ ਉਹਨਾਂ ਕੋਲੋਂ, ਉਹਨਾਂ ਦੀ ਜਿਹੜੀ ਝਿੜਕਣ ਵਾਲੀ ਅੱਖ ਹੁੰਦੀ ਸੀ ਉਹ ਮੇਰੇ ਅੱਜ ਤੱਕ ਵੀ ਯਾਦ ਹੈ ਕਿ ਟਿਵਾਣਾ ਸਾਹਿਬ ਯੂ ਕੈਨ ਡੂ, ਮੈਂ ਕਈ ਕਰੈਕਟਰ ਨੂੰ ਮੈਂ ਨਾ ਕਰ ਦਿੰਦਾ ਸੀ, ਜਿਵੇਂ ਮੈਨੂੰ ਟਿਵਾਣਾ ਸਾਹਿਬ ਨੇ ਕਿਹਾ ਕਿ ਬੇਟਾ ਪੰਜਾਬੀ 'ਚ ਅਸੀਂ ਰਾਮਲੀਲਾ ਕਰ ਰਹੇ ਸੀ, ਤੂੰ ਹਨੂੰਮਾਨ ਜੀ ਦਾ ਰੋਲ ਪਲੇ ਕਰੇਗਾ, ਮੈਂ ਹੱਸ ਪਿਆ, ਮੈਂ ਕਿਹਾ ਸਰ ਮੈਂ 55 ਕਿਲੋ ਭਾਰ ਹੈ ਇੰਨਾ ਕਹਿ ਹੱਡੀਆਂ ਦੀ ਮੁੱਠ ਮੈਂ ਕਿਵੇਂ ਕਰੂੰਗਾ? ਉਹ ਕਹਿੰਦੇ ਤੂੰ ਡਾਇਰੈਕਟਰ ਹਾਂ, ਮੈਂ ਡਾਇਰੈਕਟਰ ਹਾਂ, ਯੂ ਹੈਵ ਟੂ ਡੂ, ਮੈਂ ਕਿਹਾ ਸਤਿ ਵਚਨ ਜੀ, ਸਤਿ ਵਚਨ ਕਹਿ ਕੇ ਮੈਂ ਮਿਹਨਤ ਕੀਤੀ
ਮਿਹਨਤ ਕੀਤੀ ਤੇ ਫਿਰ ਉਸੇ ਹਨੂਮਾਨ ਦੇ ਕੈਰੈਕਟਰ ਬਾਰੇ ਇੱਥੇ ਡਾਕਟਰ ਸਾਹਿਬ ਹੁੰਦੇ ਸੀਗੇ ਬਾਬਾ ਫਰੀਦ ਸ਼ੇਰ ਦੇ ਹੈੱਡ ਨਾ ਭੁੱਲ ਗਿਆ ਉਹਨਾਂ ਨੇ ਲਿਖਿਆ ਸਰਦਾਰ ਸੋਹੀ ਹੈਜ਼ ਗਿਵਨ ਨਿਊ ਡਾਇਮੈਂਸ਼ਨ ਟੂ ਹਨੂਮਾਨ ਇਹ ਹੁੰਦੀ ਡਾਇਰੈਕਟਰ ਦੀ ਅੱਖ ਉਹ ਝਿੜਕਾਂ ਚੱਲੀਆਂ ਹੋਈਆਂ ਨੇ ਅਤੇ ਬੱਲੇ ਬੱਲੇ ਵੀ ਇਸੇ ਕਰਕੇ ਹੋਈ ਹੋਈ ਮੈਂ ਚਮਕੌਰ ਦੀ ਗੜੀ ਪਲੇਅ 'ਚ ਜ਼ਫਰ ਵੇਗ ਦਾ ਰੋਲ ਕੀਤਾ ਨੀਨਾ ਮੈਡਮ ਨੇ ਕਿਹਾ ਕਿ ਸੋਹੀ ਦੀ ਉਹ ਗੇਟ ਹੀ ਨਹੀਂ ਹੈਗੀ ਮੁਗਲਾਂ ਵਾਲੀ ਉਹ ਸੁਕੜੂ ਜਿਹਾ ਛੋਟਾ ਜਿਹਾ ਤਾਂ ਹੈਗਾ ਪਤਲਾ ਜਿਹਾ ਟਿਵਾਣਾ ਸਾਹਿਬ ਨੇ ਨੀਨਾ ਜੀ ਨੂੰ ਚੁੱਪ ਕਰਵਾਇਆ ਨੀਨਾ ਤੂੰ ਇਸ ਕੰਮ 'ਚ ਦਖਲ ਅੰਦਾਜ਼ੀ ਨਾ ਕਰ ਇਹਨੂੰ ਮੁੰਡੇ ਨੂੰ ਕਰਨ ਦੇ ਰੋਲ ਰੋਲ ਕੀਤਾ ਤਾਂ ਅੱਜ ਤੱਕ ਉਹਨਾਂ ਦਾ ਬੇਟਾ ਵੀ ਮਿਸਾਲ ਦਿੰਦਾ ਕਿ ਆਫਟਰ ਓਮਪੁਰੀ ਅੰਕਲ ਸੋਹੀ ਅੰਕਲ ਨੇ ਕਮਾਲ ਕੀਤੀ ਹੈ ਕਰੈਕਟਰ ਖੇਡਦੇ ਹੋਏ ਚੋਣਾ ਸਾਹਿਬ ਵੀ ਕਹਿੰਦੇ ਸੀ ਕਹਿੰਦੇ ਬੇਟਾ ਯੂ ਆਰ ਮਾਈ ਸੈਕਿੰਡ ਓਮਪੁਰੀ ਇਹ ਕਹਿੰਦੇ ਸੀ ਮੇਰੇ ਯਾਦ ਇਹ ਲਫ਼ਜ਼ ਉਹਨਾਂ ਨੇ ਬੰਬੇ ਅਸੀਂ ਇੱਕ ਵਾਰੀ ਗਏ ਉੱਥੇ ਸ਼ਤਰੂਘਨ ਸਿਨਹਾ ਦੇ ਬ੍ਰਦਰ ਡਾਕਟਰ ਲਾਖਨ ਸਿਨਹਾ ਉਹਨਾਂ ਨੇ ਵੀ ਫਿਲਮਾਂ ਬਣਾਈਆਂ ਸੀ ਦੋ ਚਾਰ ਦੋਖਤਾ ਬਣਾਈਆਂ ਮੇਰੇ ਯਾਦ ਹੈ ਕਿ ਉਹਨੇ ਕੋਇਲੇ ਦੀ ਖਾਨ 'ਤੇ ਬਣਾਈ ਸੀ ਉਹਦੇ 'ਚ ਜਗਜੀਤ ਸਿੰਘ ਉਹਨਾਂ ਦਾ ਮਿਊਜ਼ਿਕ ਸੀਗਾ ਜਗਜੀਤ ਸਿੰਘ ਉਹਨਾਂ ਦੇ ਅੱਛੇ ਖਾਸੇ ਦੋਸਤ ਸੀਗੇ ਉਹਨਾਂ ਦੇ ਨਾਲ ਹੀ ਅਸੀਂ ਗਏ ਉਹਨਾਂ ਦੇ ਆਫਿਸ 'ਚ ਉੱਥੇ ਮੈਨੂੰ ਮਿਲਵਾਇਆ ਡਾਕਟਰ ਲਖਨ ਹੀ ਸਰਦਾਰ ਸੋਹੀ ਮਾਈ ਸੈਕਿੰਡ ਨੋ ਮੋਰੀ ਅਗਰ ਟਿਵਾਣਾ ਸਾਹਿਬ ਆਹ ਦੁਨੀਆ ਤੋਂ ਇੰਨੀ ਜਲਦੀ ਨਾ ਜਾਂਦੇ ਤਾਂ ਮੇਰਾ ਕਦ ਹੋਰ ਉੱਚਾ ਹੋ ਜਾਣਾ ਸੀ ਉਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਇੰਟਰੋਡਿਊਸ ਕਰਾਉਣਾ ਸੀ ਕਿਹੜੇ ਕਿਹੜੇ ਬੰਦੇ ਕੋਲ ਵੱਡੇ ਬੰਦੇ ਦੀ ਕਹੀ ਦੀ ਗੱਲ ਦਾ ਅਸਰ ਹੀ ਹੋਰ ਹੁੰਦਾ ਬਿਲਕੁਲ ਅੱਛਾ ਇੱਕ ਗੱਲ ਹੈ ਜਿੱਦਾਂ ਟਿਵਾਣਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਨਾ ਰਿਸ਼ੀ ਮੈਮ ਵੀ ਉਹਨਾਂ ਕੋਲੋਂ ਹੀ ਤੁਸੀਂ ਵੀ ਉਹਨਾਂ ਕੋਲੋਂ ਹੈ ਨਾ ਤੁਸੀਂ ਉਹਨਾਂ ਦੇ ਮਤਲਬ ਤੁਸੀਂ ਉਹਨਾਂ ਉਹ ਕਹਿੰਦੇ ਵੀ ਜੜ ਸੀਗੇ ਤੇ ਤੁਸੀਂ ਅੱਗੇ ਜਿਹੜੇ ਨਵੇਂ ਸ਼ਾਖਾਵਾਂ ਬਣੀਆਂ ਹੈ ਨਾ ਤੇ ਅੱਜ ਤੁਸੀਂ ਹੋਰ ਇੰਨੇ ਬੂਟੇ ਅੱਗੇ ਆਪਣੇ ਕਹਿੰਦੇ ਕਿ ਜਿਹਨਾਂ ਦੇ ਤੁਸੀਂ ਰੋਲ ਮਾਡਲ ਹੋ ਉਹ ਅੱਜ ਤੁਹਾਨੂੰ ਦੇਖ ਦੇਖ ਕੇ ਇੰਡਸਟਰੀ ਦੇ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਦਾਂ ਹੀ ਰਾਜ ਬੱਬਰ ਸਾਹਿਬ ਤੇ ਤੁਸੀਂ ਵੀ ਟਿਵਾਣਾ ਜੀ ਦੇ ਸ਼ਾਗਿਰਦ ਸੀਗੇ ਪਹਿਲਾ ਪੁਆਇੰਟ ਗੁਰੂ ਭਾਈ ਵੀ ਹੈਗੇ ਹੋ ਹੈ ਨਾ ਦੋਸਤੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੋਸਤੀ ਕਿਹਦੇ ਨਾਲ ਤੁਹਾਡੀ ਇੰਨੀ ਗੂੜੀ ਹੈ ਕਿ ਅੱਜ ਜਦੋਂ ਦਿਲ ਰੋਣ ਨੂੰ ਕਰਦਾ ਦਿਲ ਹੱਸਣ ਨੂੰ ਕਰਦਾ ਦਿਲ ਬਹਿਣ ਨੂੰ ਕਰਦਾ ਦਿਲ ਸਕੂਨ ਲੈਣ ਨੂੰ ਕਰਦਾ ਤੇ ਉਹ ਦੋਸਤ ਜਿਹੜਾ ਹੈ ਤੁਹਾਡੇ ਨਾਲ ਖੜਾ ਹੁੰਦਾ ਹੈ ਅੱਜ ਇਹੋ ਜਿਹੀਆਂ ਦੋਸਤੀਆਂ ਦੀ ਬਹੁਤ ਘਾਟ ਹੈ ਅੱਜ ਦੇ ਜ਼ਮਾਨੇ 'ਚ ਜਿਹਦੇ ਮੋਢੇ 'ਤੇ ਸਿਰ ਰੱਖ ਕੇ ਰੋਇਆ ਜਾ ਸਕਦਾ ਉਹੋ ਜਿਹੇ ਦੋਸਤ ਹੁਣ ਅੱਜ ਕੱਲ੍ਹ ਨਹੀਂ ਹੈਗੇ ਉਹ ਦੋਸਤ ਤਾਂ ਮੇਰੇ ਪਾਪਾ ਹੀ ਮੇਰੇ ਦੋਸਤ ਰਹੇ ਨੇ ਜਾਂ ਮੇਰਾ ਪਰਿਵਾਰ ਸਟ੍ਰਿਕਟ ਵੀ ਸਭ ਤੋਂ ਜ਼ਿਆਦਾ ਪਾਪਾ ਹੀ ਰਹੇ ਨੇ ਪਾਪਾ ਪਾਪਾ ਰਹੇ ਅੱਛਾ ਤੁਸੀਂ ਕਿਰਦਾਰ ਨਿਭਾਉਂਦੇ ਹੋ ਤੁਸੀਂ ਹਸਾਉਂਦੇ ਹੋ ਤੁਸੀਂ ਨੈਗੇਟਿਵ ਸ਼ੇਡ ਵੀ ਨਿਭਾਉਂਦੇ ਹੋ ਤੁਸੀਂ ਫਾਦਰ ਬਣਦੇ ਹੋ ਪਿਤਾ ਬਣਦੇ ਹੋ ਲੇਕਿਨ ਅਸਲ ਜ਼ਿੰਦਗੀ ਦੇ ਵਿੱਚ ਤੁਸੀਂ ਸਾਰਿਆਂ ਦੇ ਵਿੱਚ ਵਿਚਰਦੇ ਹੋ ਖਿੜੇ ਮੱਥੇ ਵਿਚਰਦੇ ਹੋ ਅਖੀਰਲੀ ਵਾਰ ਕਦੋਂ ਦਿਲ ਹੌਲਾ ਕੀਤਾ ਸੀਗਾ ਰੋ ਕੇ ਸਰਦਾਰ ਸੋਹੀ ਜੀ ਨੇ ਬਹੁਤ ਵਾਰੀ ਹੁੰਦਾ ਹੁਣੇ ਥੋੜ੍ਹੇ ਦਿਨ ਪਹਿਲਾਂ ਮੈਂ ਬਹੁਤ ਬਚਾਅ ਬਚਾਅ ਰੱਖਿਆ ਮੇਰੀ ਮੇਰੇ ਤੋਂ 2-2.5 ਸਾਲ ਛੋਟੀ ਮੇਰੀ ਸਿਸਟਰ ਹੈ ਉਹਨੂੰ ਕਰੋਨਾ ਹੋ ਗਿਆ ਡੇਢ ਸਾਲ ਹੋ ਗਿਆ ਅਜੇ ਵੀ ਬੈੱਡ 'ਤੇ ਆ ਉਹਦੇ ਸਾਹਮਣੇ ਮੈਂ ਰੋਏ ਨਹੀਂ ਸੀ ਕਦੇ ਹੁਣ ਉਹ ਇੰਨੀ ਵੀਕ ਹੋਈ ਪਈ ਹੈ ਉਹਦਾ ਇੰਨਾ ਚਿਹਰਾ ਹੋ ਗਿਆ ਇੱਥੇ ਮਾਸਕ ਲਾ ਕੇ ਆਕਸੀਜਨ ਮਾਸਕ ਇੱਥੇ ਲਾਈਨਾਂ ਪੈ ਗਈਆਂ ਉਹ ਹੋ ਗਈ ਉਹਦੇ ਕੋਲੋਂ ਮੈਂ ਕੰਟਰੋਲ ਕਰਦਾ ਕਰਦਾ ਮੈਂ ਉੱਠ ਗਿਆ ਉੱਠ ਕੇ ਮੈਂ ਜਦੋਂ ਤੁਰਨ ਲੱਗਿਆ ਤਾਂ ਮੈਂ ਉਹਦੇ ਮੱਥੇ ਨੂੰ ਚੁੰਮਿਆ ਤਾਂ ਉੱਠਿਆ ਮੇਰੇ ਅੰਦਰੋਂ ਇੱਕਦਮ ਘੁੱਬਾਂ ਨਿਕਲ ਗਿਆ ਮੇਰੀਆਂ ਮੈਂ ਕਿਹਾ ਓਏ ਰੱਬਾ ਮੇਰੀ ਭੈਣ ਨੂੰ ਕੀ ਤੋਂ ਕੀ ਬਣਾ ਤਾ ਬਹੁਤ ਔਖਾ ਹੋ ਗਿਆ ਮੈਨੂੰ ਉੱਥੋਂ ਫਿਰ ਉੱਥੋਂ ਉੱਠਣਾ ਉੱਥੋਂ ਨਿਕਲਣਾ ਉੱਥੋਂ ਜਾਣਾ ਕਹਿਣਾ ਫਿਰ ਮੈਂ ਇੱਕ ਵਾਰੀ ਪੜਾਸ ਕੱਢ ਕੇ ਫਿਰ ਭੈਣ ਨੇ ਮੈਂ ਮੇਰੇ ਭਾਣਜੇ ਨੂੰ ਕਿਹਾ ਕਹਿੰਦਾ ਉਹ ਸਰਵਿਸ ਕਰਦਾ ਕਿਹਾ ਅੱਜ ਤੇਰੇ ਮਾਮਾ ਜੀ ਪਹਿਲੀ ਵਾਰੀ ਰੋਕ ਉਹ ਇਸ ਤਰ੍ਹਾਂ ਕਿਤੇ ਵੀ ਵਾਪਰ ਸਕਦਾ ਮੈਂ ਜ਼ਿੰਦਗੀ 'ਚ ਕਈ ਵਾਰੀ ਤਾਂ ਮੈਂ ਕਰੈਕਟਰ ਖੇਡਦਾ ਵੀ ਰੋਇਆ ਤਾਂ ਮੈਨੂੰ ਚੁੱਪ ਕਰਾਉਣਾ ਔਖਾ ਹੋ ਜਾਂਦਾ ਸੀਗਾ ਪਹਿਲੀ ਵਾਰੀ ਹੋਇਆ ਸੀ ਮੇਰੇ ਨਾਲ ਅਸੀਂ ਆਹੀ
9th ਗੁਰੂ ਜੀ ਦਾ ਪਲੇ ਕਰ ਰਹੇ ਸੀ ਬਾਬਾ ਪਤਾਲਾ ਜਿੱਥੇ ਗੁਰੂ ਲੱਧ ਹੋ ਰਹੇ ਜਿੱਥੇ ਪਤਾ ਲੱਗਿਆ ਸੀ ਬਾਬਾ ਜੀ ਇਹ ਇਹ ਨੇ 9th ਗੁਰੂ ਉੱਥੇ ਦੀ ਪਲੇ ਕਰ ਰਹੇ ਸੀ ਮੇਰੀ ਇਸੇ ਭੈਣ ਜਿਹਦੀ ਮੈਂ ਗੱਲ ਕਰਦਾ ਇੱਕ ਇਹਦਾ ਇੱਕ ਦੂਜੀ ਤਾਂ ਦੋਵਾਂ ਦੇ ਇਕੱਠੀਆਂ ਸ਼ਾਦੀਆਂ ਸੀ ਨਾਲ ਨਾਲ ਹੀ ਇੱਕ ਦਿਨ ਉਹਦਾ ਵਿਆਹ ਇੱਕ ਦਿਨ ਦੂਜੀ ਦਾ ਵਿਆਹ ਮੈਂ ਉੱਥੋਂ ਬਾਬਾ ਜੀ ਦੇ ਭੋਰੇ 'ਚ ਜਿੱਥੇ ਉਹਨਾਂ ਨੇ ਭਗਤੀ ਕੀਤੀ ਸੀ ਉਹ ਦੇਖ ਕੇ ਨਿਕਲਿਆ ਸੀ ਇਮੋਸ਼ਨਲ ਸੀ ਮੈਨੂੰ ਜਦੋਂ ਸ਼ਹੀਦੀ ਵਾਲਾ ਉਹ ਆਇਆ ਸਮਾਂ ਮੈਂ ਉੱਥੇ ਰੋ ਪਿਆ ਟਿਵਾਣਾ ਸਾਹਿਬ ਕਹਿੰਦੀ ਕੀ ਗੱਲ ਬੇਟਾ ਤੂੰ ਰੋ ਰਿਹਾ ਪਿੰਡ ਜਾਣਾ ਵਿਆਹ 'ਤੇ ਇਸ ਕਰਕੇ ਰੋ ਰਿਹਾ ਉਹ ਤੈਨੂੰ ਭੇਜਾਂਗੇ ਮੈਂ ਕਿਹਾ ਜੀ ਨਹੀਂ ਨਹੀਂ ਉਹ ਗੱਲ ਨਹੀਂ ਅੱਜ ਪਹਿਲੀ ਵਾਰੀ ਮੈਂ ਇੱਥੇ ਆਇਆ ਗੁਰੂ ਸਾਹਿਬ ਦੇ ਥੱਲੇ ਦਰਸ਼ਨ ਕਰਕੇ ਆਇਆ ਸੀ ਇਮੋਸ਼ਨਲੀ ਬਹੁਤ ਜ਼ਿਆਦਾ ਜੁੜਿਆ ਹੋਇਆ ਸੀ ਜਿਸ ਉਹਨਾਂ ਦੀ ਕਤਲ ਦੀ ਗੱਲ ਆਈ ਮੇਰੇ ਕੋਲੋਂ ਨਹੀਂ ਰੁਕਿਆ ਗਿਆ ਹਾਲਾਂਕਿ ਮੈਂ ਉਹ ਸਟੇਜ 'ਤੇ ਪਰਫੋਰਮ ਕਰ ਰਿਹਾ ਸੀ ਉਹੀ ਕਿ ਉਹਨੂੰ ਮਾਰਿਆ ਜਾਵੇ ਇਹ ਕੀਤਾ ਜਾਵੇ ਕਤਲ ਕੀਤਾ ਜਾਵੇ ਸਿਰ ਧੜ ਤੋਂ ਅਲੱਗ ਫਲਾਉਣਾ ਫਲਾਉਣਾ ਬਲਾ ਬਕਵਾਸ ਉਹੀ ਸੀ ਸਾਰਾ ਨੈਗੇਟਿਵ ਰੋਲ ਦਾ ਪਰ ਅਸਲ 'ਚ ਜਦੋਂ ਉਹ ਆ ਗਿਆ ਨਿਰਮਲ ਰਿਸ਼ੀ ਮੈਡਮ ਨੇ ਕਿਹਾ ਵੇ ਲੋਕੋ ਭਾਣਾ ਵਰਤ ਗਿਆ ਉਹ ਮੇਰਾ ਬਹੁਤ ਬੁਰਾ ਹਾਲ ਸੀ ਉਹ ਟਿਆਣਾ ਸਾਹਿਬ ਨੇ ਗੱਡੀ ਭੇਜਤੀ ਬਿਆਸ ਤੋਂ ਟ੍ਰੇਨ ਫੜੀ ਪਿੰਡ ਗਿਆ ਇੱਕ ਭੈਣ ਦਾ ਵਿਆਹ ਇੱਕ ਘੰਟਾ ਰੁਕਿਆ ਉੱਥੇ ਇੱਕ ਘੰਟਾ ਰੁਕ ਕੇ ਫਿਰ ਟੈਕਸੀ ਫੜੀ ਫਿਰ ਮਨੇਰਕੋਟਲੇ ਤੋਂ ਟ੍ਰੇਨ ਚੜ੍ਹਿਆ ਟ੍ਰੇਨ ਚੜ੍ਹ ਕੇ ਫਿਰ ਬਾਬਾ ਬਕਾਲਾ ਆਇਆ ਉੱਥੋਂ ਉੱਥੇ ਫਿਰ ਦੂਜੀ ਵਿਆਹ ਅਟੈਂਡ ਕਰਨਾ ਸੀ ਉੱਥੇ ਸ਼ੋ ਕਰਕੇ ਪਲੇ ਕਰਕੇ ਇਹਨਾਂ ਦੀ ਚਾਦਰ ਫਿਰ ਵਾਪਸ ਫਿਰ ਉੱਥੇ ਉਹ ਅੱਜ ਤੱਕ ਮੈਨੂੰ ਉਲਾਂਭੇ ਨੇ ਉਹਨਾਂ ਦੇ ਵੀਰੇ ਮੇਰੇ ਵਿਆਹ 'ਤੇ 2 ਘੰਟੇ ਰੁਕਿਆ ਸੀ ਜੀ ਅੱਛਾ ਤੁਸੀਂ ਆ ਫਿਲਮ ਜਿਹੜੀ ਭੂਤ ਅੰਕਲ ਤੁਸੀਂ ਗ੍ਰੇਟ ਹੋ ਹੈ ਨਾ ਛੋ ਬਚਪਨ 'ਚ ਕੀ ਹੁੰਦਾ ਜਿਹੜੇ ਭੈਣ ਭਰਾ ਹੁੰਦੇ ਤੁਹਾਨੂੰ ਹੁਣ ਥੋੜ੍ਹਾ ਜਿਹਾ ਅੱਛੇ ਪਲਾਂ ਦੀ ਯਾਦ ਕਰਵਾਉਣਾ ਚਾਹਾਂਗੀ ਤੁਹਾਡੇ ਹੋ ਰਿਹਾ ਇੱਕ ਵਿੱਚੋਂ ਭੈਣ ਭਰਾ ਇੱਦਾਂ ਦਾ ਹੁੰਦਾ ਹੈ ਜਿਹੜਾ ਕਿਉਂਕਿ ਆਪਾਂ ਪਿੰਡ 'ਚ ਰਹਿੰਦੇ ਹਾਂ ਭੂਤ ਦੇ ਡਰਾਵੇ ਬਹੁਤ ਦਿੰਦਾ ਡਰਾਉਣ ਦਾ ਬਹੁਤ ਹੈ ਇਹ ਵੀ ਹੁੰਦਾ ਹੋਣਾ ਤੁਹਾਡੇ ਨਾਲ ਮੇਰੇ ਨਾਲ ਹੋਇਆ ਹੈ ਅੱਛਾ ਹਾਂ ਭੈਣਾਂ ਭਰਾਵਾਂ 'ਚ ਨਹੀਂ ਵੈਸੇ ਭੂਤ ਆ ਜਿਹੜਾ ਡਰ ਹੈ ਹਾਂ ਮੇਰੇ ਯਾਦ ਮੈਂ ਉਦੋਂ 10ਵੀਂ ਕਰ ਲਈ ਸੀ ਮੈਂ 10ਵੀਂ ਕਰ ਲਈ ਸੀ ਮੈਂ ਜਿਹੜਾ ਸਾਡਾ ਸੀਰੀ ਸੀਗਾ ਉਹ ਮੈਨੂੰ ਕਹਿੰਦਾ ਮੈਂ ਪੱਠੇ ਪੁੱਠੇ ਵੱਢ ਲਿਆ ਹੁਣ ਖੇਤੋਂ ਅਤੇ ਉਹ ਗੱਡੇ ਦੀਆਂ ਡਹੀਆਂ ਲਾ ਕੇ ਗੱਡਾ ਮੂਹਰੋਂ ਚੱਕਿਆ ਹੋਇਆ ਉਹਦੇ ਥੱਲੇ ਮੰਜਾ ਵਾੜਿਆ ਹੋਇਆ ਧੁੱਪ 'ਚ ਜਿਹੜੇ ਪਿੜ ਪੈਂਦੇ ਨੇ ਹਾੜੀ ਦੇ ਉਹ ਮਈ ਉਦੋਂ ਤਾਂ ਜ਼ਿਆਦਾ ਲੰਬਾ ਚੱਲਦਾ ਸੀ ਕੰਮ ਉਦੋਂ ਉਹ ਵਰਦਾ ਨਾਲ ਗਾਹ ਪਾ ਕੇ ਉਦੋਂ ਆ ਥਰੈਸ਼ਰ ਥਰੂਸ਼ਰ ਜਾਂ ਇਹ ਕੁਛ ਨਹੀਂ ਸੀ ਆਇਆ ਉਦੋਂ ਇਹ ਸੀ ਉਦੋਂ ਪਹਿਲਾਂ ਪਸ਼ੂਆਂ ਦੀਆਂ ਉਹਨਾਂ ਦੇ ਖੁਰਾਂ ਨਾਲ ਉਹ ਬਰੀਕ ਕੀਤਾ ਜਾਂਦਾ ਸੀ ਫਿਰ ਬੈਠੇ ਰਹਿੰਦੇ ਫਿਰ ਹਵਾ ਦੀ ਉਡੀਕ ਕਰਦੇ ਹਵਾ ਚੱਲੂ ਫਿਰ ਟੰਗਲੀਆਂ ਨਾਲ ਸੁੱਟਦੇ ਉੱਪਰ ਨੂੰ ਹਵਾ 'ਚ ਨੂੰ ਫਿਰ ਦਾਣੇ ਅੱਡ ਤੂੜੀ ਅੱਡ ਇੱਦਾਂ ਇਹ ਉਹ ਸਿਸਟਮ ਹੁੰਦਾ ਸੀ ਮੈਂ ਉਹਦੇ ਥੱਲੇ ਮੰਜਾ ਕਰਕੇ ਧੁੱਪ ਹੈ ਉੱਥੇ ਪੈ ਗਿਆ ਸਾਹਮਣੇ ਵਿਛੋੜੇ ਦਾ ਦਰਖਤ ਛੋਟੇ ਹੁੰਦੇ ਮਤਲਬ ਲੋਕਾਂ ਤੋਂ ਸੁਣ ਵੀ ਪਿੱਪਲਾਂ 'ਤੇ ਬੋੜਾਂ 'ਤੇ ਜਾਂ ਇਹੋ ਜਿਹੇ ਜਿਹੜੇ ਲਸੂੜੇ ਹੈਗੇ ਇਹਨਾਂ 'ਤੇ ਭੂਤ ਰਹਿੰਦੇ ਨੇ ਮੈਂ ਉੱਥੇ ਪਿਆ ਪੈਂਦਾ ਸੀ ਜਾਵਾਂ ਮੈਨੂੰ ਤਾਂ ਭੂਤ ਦਿਖਾਈ ਦੇਣ ਲੱਗ ਗਏ ਉੱਥੇ ਲਸੂੜੇ 'ਤੇ ਭੂਤ ਹੈ ਮੈਨੂੰ ਬੁਖਾਰ ਹੋ ਗਿਆ ਘਰ ਗਿਆ ਮੈਂ ਬੀਬੀ ਕਹਿੰਦੀ ਪੁੱਤ ਕੀ ਹੋ ਗਿਆ ਤੈਨੂੰ ਮੈਂ ਕਿਹਾ ਮੈਂ ਉੱਥੇ ਥੱਲੇ ਗੱਡੇ ਥੱਲੇ ਪਿਆ ਸੀ ਸਾਹਮਣੇ ਲਸੂੜੇ ਦਾ ਦਰਖਤ ਸੀ ਲਸੂੜੇ ਤੋਂ ਮੈਨੂੰ ਐਂ ਲੱਗੇ ਉੱਥੇ ਭੂਤ ਬੈਠੇ ਮੈਨੂੰ ਡਰ ਕੇ ਬੁਖਾਰ ਚੜ੍ਹ ਗਿਆ ਮੈਨੂੰ ਬੁਖਾਰ ਚੜ੍ਹ ਗਿਆ ਮੈਂ ਡਰ ਗਿਆ ਉਹ ਉਸੇ ਵੇਲੇ ਇੱਕ ਬੁਲਾਇਆ ਸਾਡੇ ਵੈਦ ਵੀ ਸੀ ਅਤੇ ਉਹ ਟੂਣੇ ਟਾਮਣ 'ਚ ਵੀ ਕਰਦਾ ਸੀ ਉਹਨੇ ਦਾਤੀ 'ਚ ਲੈ ਕੇ ਬਹਿ ਗਿਆ ਮੰਤਰ ਜਿਹਾ ਪੜ੍ਹ ਕੇ ਉਹ ਫੂਕਾਂ ਜਿਹੀਆਂ ਮਾਰੇ ਨਾਲ ਦੀ ਨਾਲ ਸਾਈਕੋਲੋਜੀ ਕਹਿ ਲਓ ਉਹਨੇ ਫੂਕਾਂ ਜਿਹੀਆਂ ਮਾਰਿਆ ਮੇਰਾ ਬੁਖਾਰ ਉਹ ਡਰ ਦੂਰ ਹੋ ਗਿਆ ਬੁਖਾਰ ਲੈ ਗਿਆ ਚਲੋ ਕਿਆ ਬਾਤ ਹੈ ਸੋ ਇਹ ਚੀਜ਼ਾਂ ਐਕਚੁਅਲ ਦੇ ਵਿੱਚ ਹੁੰਦੀਆਂ ਸੀਗੀਆਂ ਉਸ ਟਾਈਮ ਦੇ ਵਿੱਚ ਮੰਨਿਆ ਵੀ ਜਾਂਦਾ ਸੀਗਾ ਵੀ ਕੋਈ ਰਾਜ ਮਾਰੇ ਤਾਂ ਪਿੱਛੇ ਨਹੀਂ ਮੁੜ ਕੇ ਵੇਖਣਾ ਜੇ ਪਿੱਛੇ ਮੁੜ ਕੇ ਵੇਖ ਲਓ ਬੁਖਾਰ ਚੜ੍ਹ ਜਾਂਦਾ ਸੀਗਾ ਅਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਸੀਗੀਆਂ ਨਹੀਂ ਉਹ ਹੁਣ ਹੌਲੀ ਹੌਲੀ ਇਹ ਚੀਜ਼ਾਂ ਦੂਰ ਹੁੰਦੀਆਂ ਜਾ ਰਹੀਆਂ ਉਦੋਂ ਇੱਕ ਕਹਾਵਤ ਵੀ ਹੁੰਦੀ ਸੀ ਕਹਿੰਦੇ ਬਗਾਨੇ ਪਾਣੀ ਤੋਂ ਆਪਣੇ ਪਿੰਡ ਦੇ ਸਿਵਿਆਂ ਤੋਂ ਬਹੁਤ ਡਰ ਲੱਗਦਾ ਆਪਣੇ ਪਿੰਡ ਦੇ ਸਿਵੇ ਨਹੀਂ ਜਦੋਂ ਰਾਤ ਨੂੰ ਬੰਦਾ ਲੰਘਦਾ ਮਰੇ ਹੋਏ ਸਾਰੇ ਯਾਦ ਆ ਜਾਂਦੇ ਨੇ ਫਿਰ ਡਰ ਲੱਗਦਾ ਬਗਾਨੇ ਪਾਣੀ ਬਾਰੇ ਅਸੀਂ ਜਾਣਦੇ ਨੇ ਵੀ ਕਿੰਨਾ ਡੂੰਘਾ ਕੀ ਹੈ ਉਦੋਂ ਤੋਂ ਵੀ ਡਰ ਲੱਗਦਾ ਜੀ ਇਹ ਬੜੀ ਸੋਹਣੀ ਕਹਾਵਤ ਹੈ ਜੀ ਬਿਲਕੁਲ ਸੋ ਫਿਲਮ ਦੇ ਲਈ ਬਹੁਤ ਬਹੁਤ ਮੁਬਾਰਕਾਂ
ਤੇ ਬਹੁਤ ਸ਼ੁਕਰੀਆ ਤੇ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਦਿੱਤਾ, ਜ਼ਿੰਦਗੀ ਦੇ ਕੁਝ ਪਲ ਕੁਝ ਅਹਿਸਾਸ ਸਾਡੇ ਨਾਲ ਸਾਂਝੇ ਕੀਤੇ। ਸੋ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਅਦਾਕਾਰੀ ਦੇ ਜ਼ਰੀਏ ਆਪਣੇ ਦਰਸ਼ਕਾਂ ਨੂੰ ਹਰ ਫਿਲਮ ਦੇ ਜ਼ਰੀਏ ਇੱਕ ਤੋਹਫਾ ਦਿੰਦੇ ਰਹੋ। ਪਰਮਾਤਮਾ ਇਹ ਕਰੇ, ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰਦਾ ਕਿ ਆਹ ਫਿਲਮ ਭੂਤ ਅੰਕਲ ਤੁਸੀਂ ਗ੍ਰੇਟ ਹੋ, ਇਹ ਜ਼ਰੂਰ ਦੇਖਿਓ। ਨਵੇਂ ਜੋਨਰ ਦੀ ਫਿਲਮ ਹੈ, ਨਵੀਂ ਤਰ੍ਹਾਂ ਦੀ ਫਿਲਮ ਹੈ, ਪੰਜਾਬੀ 'ਚ ਹੋਰਰ ਫਿਲਮ ਜਾਂ ਸਸਪੈਂਸ ਫਿਲਮ ਨਹੀਂ ਬਣੀ, ਪਹਿਲੀ ਫਿਲਮ ਹੈ। ਇਹ ਥੋੜ੍ਹਾ ਜਿਹਾ ਪੰਜਾਬੀ ਸਿਨੇਮੇ ਦਾ ਮੂੰਹ ਮੁਹਾਂਦਰਾ ਚੇਂਜ ਕਰੂਗੀ, ਲਾਜ਼ਮੀ ਹੈ। ਵੱਡੇ ਮੇਕਰ ਨੇ ਉਹ, ਤੁਸੀਂ ਸਾਰਿਆਂ ਨੇ ਆਪਣੇ ਬਾਲ ਬੱਚੇ ਸਮਾਜ ਬੱਚੇ ਬਹੁਤ ਇੰਜੋਏ ਕਰਦੇ ਨੇ ਭੂਤਾਂ ਦੀਆਂ ਫਿਲਮਾਂ, ਅਸੀਂ ਡਰਦੇ ਹੁੰਦੇ ਸੀ, ਅੱਜ ਕੱਲ੍ਹ ਬੱਚੇ ਡਰਦੇ ਨਹੀਂ। ਅੱਛਾ, ਤੁਹਾਨੂੰ ਕੋਈ ਫਿਲਮ ਯਾਦ ਹੈ ਜਿਹੜੀ ਤੁਸੀਂ ਵੇਟ ਕੀਤੀ ਹੋਵੇ ਵੀ ਅੱਜ ਟੀਵੀ 'ਤੇ ਆਉਣੀ ਹੈ, ਭੂਤਾਂ ਵਾਲੀ, ਅਤੇ ਬਹਿ ਕੇ ਵੇਖਣੀ ਹੈ? ਹਿੰਦੀ ਫਿਲਮਾਂ ਬਹੁਤ ਦੇਖੀਆਂ, ਬੜਾ ਡਰ ਲੱਗਦਾ ਸੀ, ਬਹੁਤ ਡਰ ਲੱਗਦਾ ਸੀ। ਬੈਕਗ੍ਰਾਉਂਡ ਵੀ ਬਹੁਤ ਬਹੁਤ ਚੁੱਪ ਸਾਇਲੈਂਸ, ਉਹਦੇ ਪੈਰਾਂ ਦੀ ਆਵਾਜ਼ ਵੀ ਨਹੀਂ ਪਾਈ ਹੋਈ। ਡਾਇਰੈਕਟਰ ਬੜੇ ਸ਼ੈਤਾਨ ਹੁੰਦੇ ਨੇ, ਤੇ ਉਹ ਨਹੀਂ ਉੱਪਰ ਚੜ੍ਹਦਾ ਹੁੰਦਾ, ਉਹ ਜਾ ਰਿਹਾ ਜਾ ਰਿਹਾ ਜਾ ਰਿਹਾ, ਉਹਦੇ ਫੁੱਟਸਟੈਪ ਦੀ ਆਵਾਜ਼ ਨਹੀਂ ਪਾਈ ਜਾ ਰਹੀ, ਲੋਕ ਬੋਰ ਹੋ ਰਹੇ ਨੇ ਬੇਟੇ ਯਾਰ, ਇੰਨਾ ਉੱਚਾ ਉਹ ਚੜ੍ਹ ਗਿਆ ਚੜ੍ਹ ਗਿਆ। ਅਚਾਨਕ ਉਹ ਬੰਦਾ ਆਵਾਜ਼ ਆਈ ਦਰੁੰਗ ਕਰਕੇ, ਸਾਰੇ ਔਡੀਅੰਸ ਦੇ ਕੁਰਸੀ ਆਰਮ ਨੂੰ ਹੱਥ ਪੈ ਗਏ, ਹੱਥ ਪੈ ਕੇ ਬਾਅਦ ਵਿੱਚ ਖੋਲਿਆ ਕਿ ਉਹਦਾ ਉੱਪਰ ਜਾ ਕੇ ਜਿਹੜਾ ਉਹਦਾ ਪੈਰ ਰੱਖਣ ਵਾਲਾ ਫੱਟਾ ਸੀ ਉਹ ਟੁੱਟ ਗਿਆ, ਉਹ ਫੱਟੇ ਦੇ ਥੱਲੇ ਤੱਕ ਆਉਣ ਦੀ ਆਵਾਜ਼ ਉਹ ਪਾਈ ਹੋਈ ਸੀ, ਕੁਛ ਨਹੀਂ। ਇੱਕ ਹੋਰ ਮੈਂ ਫਿਲਮ ਕੀਤੀ ਸੀ, ਉਹ ਡਾਇਰੈਕਟਰ ਨੇ ਇੱਕ ਬਿੱਲੀ ਫੜ ਕੇ ਬਿਠਾ ਦਿੱਤੀ ਇੱਦਾਂ ਖਿੜਕੀ 'ਚ, ਫਿਲਮ ਪਤਾ ਹੀ ਨਹੀਂ ਲੱਗਿਆ, ਚਲੋ ਬਿਠਾ ਦਿਓ ਯਾਰ। ਜਦੋਂ ਫਿਲਮ ਦੇਖੀ ਉਹ ਜਿਹੜੀ ਬਿੱਲੀ ਸੀ, ਬਿੱਲੀ ਜਦੋਂ ਦੂਜੇ ਪਾਸੇ ਛਾਲ ਮਾਰਦੀ ਹੈ ਨਾਲ ਹੀ ਆਵਾਜ਼ ਪਾਤੀ ਬਹੁਤ ਉੱਚੀ, ਆਪਣੇ ਕਿਰਦਾਰ ਦੇ ਜ਼ਰੀਏ ਸਾਡੇ ਲਈ ਕੁਛ ਨਾ ਕੁਛ ਇਹੋ ਜਿਹਾ ਲੈ ਕੇ ਆਉਂਦੇ ਰਹੋ ਜੋ ਦਰਸ਼ਕਾਂ ਨੂੰ ਖੁਸ਼ ਵੀ ਕਰਦੇ ਤੇ ਤੁਹਾਡੇ ਨਾਲ ਜੋੜੇ ਵੀ ਰੱਖਦੇ। ਸੋ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਜੀ ਬਿਲਕੁਲ, ਸਾਡੇ ਨਾਲ ਸੀਗੇ ਬਹੁਤ ਹੀ ਬਾਕਮਾਲ ਅਦਾਕਾਰ ਅਤੇ ਇਨਸਾਨ ਸਰਦਾਰ ਸੋਹੀ ਜੀ। ਬੜੀਆਂ ਗੱਲਾਂ ਬਾਤਾਂ ਅਸੀਂ ਸਾਂਝੀਆਂ ਕੀਤੀਆਂ, ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਤਾਂ ਤੁਹਾਨੂੰ ਵੀ ਉਨਾ ਹੀ ਮਜ਼ਾ ਆਇਆ ਹੋਏਗਾ ਜਿੰਨਾ ਸਾਨੂੰ ਆਪਸ ਦੇ ਵਿੱਚ ਗੱਲ ਕਰਕੇ ਆਇਆ। ਸੋ ਇਸੇ ਤਰ੍ਹਾਂ ਪਿਆਰ ਸਤਿਕਾਰ ਅਤੇ ਸਪੋਰਟ ਕਰਦੇ ਰਹੋ ਪੰਜਾਬੀ ਸਿਨੇਮਾ ਦਾ, ਪੰਜਾਬੀ ਕਲਾਕਾਰਾਂ ਦਾ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਦੇਖਦੇ ਰਹੋ ਸਿਨੇ ਪੰਜਾਬੀ। ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ, ਸਤਿ ਸ਼੍ਰੀ ਅਕਾਲ।